विक्टोरिया के गुरुद्वारा सिंह सभा विखे होले मोहल्ले का त्यौहार बड़े ही उत्साह ते जाहो जलाल नाल मनाया गया, जिथे वड्डी गिनती च संगतां ने गुरु घर हाजरी भरी ते सरबत दे भले दी कामना की। उपरंत नगर कीर्तन भी कढ़े गए। इस मौके शहीद बाबा दीप सिंह जी गतका अखाड़ा दे योध्या ने गतके दे जौहर दिखा के संगतां नूं निहाल कीता, नाल ही होले मोहल्ले की महत्ता ते बाणी दे उपदेशां ते चलन की सिक्ख्या भी दी। चढ़दी कला टाइम टीवी नाल गलबात करदिआं शहीद बाबा दीप सिंह जी गतका अखाड़ा दे कोच पुनीत सिंह जी ने शस्त्र विद्या बारे विस्तार नाल जानकारी दित्ती ते होले मोहल्ले की महत्ता बारे भी संगतां नूं जानकारी दित्ती। आओ नज़र मारदिआं विक्टोरिया तो एक खास रिपोर्ट ते। ते आज असी गुरुद्वारा सिंह सभा सिसीलिया गुरुद्वारे तो लाइव रिपोर्टिंग करदे पए आ चढ़दी कला टाइम टीवी नॉर्थ अमेरिका वास्ते। ते इह साडे सारे जोधे हैगे ने, पूछना चाहवांगी जो जत्था हैगा बाबा दीप सिंह शहीद गतका जत्था हैगा, ते तुसी कदों शुरू किता, स्टार्ट कदों किता, ते की सिखिया, ते आज हाउ डू यू फील अबाउट द एंटायर इवेंट? तुसी आज होला मोहल्ला दे इवेंट ते इत्थे आए होए हो, तुसी गुरु गोबिंद सिंह जी नू रिप्रेजेंट करदे पए हो, हाउ इज द फीलिंग एंड व्हाट डू यू प्लान टू रिप्रेजेंट टुडे, व्हाट डू यू प्लान टू डू टुडे? I plan to do like little confettis that are all colorful, that make you that colors, you throw colors everywhere. Oh wow, that's great. Okay, what about you? Asi hole mehle de occasion de utte shastar vidya display karan lage hain. Shastar vidya da mool karan ehi hai ki asi apni rakhya kar sakiye, dooje di rakhya kar sakiye, panti rakhya kar sakiye, ਵਾਹਿਗੁਰੂ ਦੇ ਕੰਮ ਆ ਸਕੀਏ, ਤੇ ਉਹ ਅਸੀਂ ਬਸ ਆਪਣਾ ਜੋ ਸਿੱਖਿਆ 6 ਮਹੀਨੇ ਚੋਂ ਡਿਸਪਲੇ ਕਰਾਂਗੇ ਅੱਜ। ਤੇ ਤੁਸੀਂ ਕਿਹੜੇ ਮੰਥ ਵਿੱਚ ਸਟਾਰਟ ਕੀਤਾ ਸੀ ਇਸ ਗੁਰਦੁਆਰੇ ਵਿੱਚ? ਤੇ ਪਹਿਲਾਂ ਸਰੀ ਗੁਰਦੁਆਰੇ ਹੁੰਦਾ ਸੀ, ਇਹ ਜੱਥਾ ਕਦੋਂ ਸਟਾਰਟ ਹੋਇਆ? ਇਹ ਜੱਥਾ ਪਨੀਤ ਸਿੰਘ ਜੀ ਨੇ, ਉੱਥੇ ਸਾਡੇ ਟੀਚਰ ਹੋ ਨੇ, ਉਹਨੀ ਤੁਹਾਨੂੰ ਦੱਸ ਦੇਣਗੇ ਕਦੋਂ। ਪਰ ਅਲੱਗ ਅਲੱਗ ਟਾਈਮ ਤੇ ਅਲੱਗ ਅਲੱਗ ਸਟੂਡੈਂਟਸ ਆਏ ਨੇ। ਅੱਛਾ, ਤਾਂ ਅਸੀਂ ਤਾਂ ਪਿੱਛੇ 3 ਮਹੀਨੇ ਤੋਂ ਆਏ, ਕਈ ਲੋਕ 6-7 ਮਹੀਨੇ ਤੋਂ ਲੱਗੇ ਹੋਏ ਨੇ। ਇਹ ਪਨੀਤ ਸਿੰਘ ਜੀ ਨਾਲ ਜ਼ਰੂਰ ਗੱਲ ਕਰੋ। ਓਕੇ, ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਪਨੀਤ ਸਿੰਘ ਜੀ ਥੈਂਕ ਯੂ ਸੋ ਮਚ, ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਿੱਖ ਸੰਗਤ ਵਾਸਤੇ, ਸਪੈਸ਼ਲੀ ਨੌਰਥ ਅਮੈਰੀਕਾ ਵਿਕਟੋਰੀਆ ਕੈਨੇਡਾ BC ਵਾਸਤੇ, ਅਤੇ ਬੱਚਿਆਂ ਨੂੰ ਬਹੁਤ ਇੰਸਪੀਰੇਸ਼ਨ ਮਿਲਦੀ ਹੈ। ਅਤੇ ਕੀ ਤੁਹਾਡੀ ਸੋਝੀ ਕੀ ਸੀ, ਵਾਈ ਡਿਡ ਯੂ ਸਟਾਰਟ ਇਟ, ਵਾਟ ਯੂ ਪਲਾਨ ਟੂ ਡੂ ਵਿਦ ਇਟ, ਐਂਡ ਹਾਊ ਵਾਜ਼ ਯੂਅਰ ਐਕਸਪੀਰੀਅੰਸ ਇਨ ਦ ਇੰਟਾਇਰ ਜਰਨੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਇਹ ਜਿਹੜੀ ਸ਼ਾਸਤਰ ਵਿੱਦਿਆ ਦੀ ਦਾਤ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਆ। ਅਤੇ ਇਸ ਤਰ੍ਹਾਂ ਹੁਕਮ ਹੋਇਆ ਸੀ ਸੰਗਤਾਂ ਵੱਲੋਂ ਕਿ ਇੱਥੇ ਨੌਜਵਾਨ ਸ਼ਾਸਤਰ ਵਿੱਦਿਆ ਗੱਤਕਾ ਜੋ ਅਸੀਂ ਆਮ ਕਰਕੇ ਬੋਲਦੇ ਹਾਂ, ਉਹ ਸਿੱਖਣਾ ਚਾਹੁੰਦੇ ਆ, ਇਹ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਆ। ਸੋ ਇਸ ਕਰਕੇ ਸੰਗਤਾਂ ਵੱਲੋਂ ਹੁਕਮ ਆਇਆ ਸੀ, ਅਤੇ ਦਾਸ ਆਪਦੇ ਆਪ ਨੂੰ ਬੜੇ ਚੰਗਾ ਭਾਗਾ ਵਾਲਾ ਸਮਝਦਾ ਕਿ ਇਸ ਤਰ੍ਹਾਂ ਨੌਜਵਾਨਾਂ ਨੇ ਇਕੱਤਰ ਹੋ ਕੇ, ਸਿਰਫ ਨੌਜਵਾਨ ਨਹੀਂ ਸਾਰੇ ਇਕੱਤਰ ਹੋ ਕੇ ਕਲਾਸਾਂ 'ਚ ਉਹਨਾਂ ਨੇ ਉਹ ਸ਼ਾਮਿਲ ਹੋਏ, ਅਤੇ ਬੜਾ ਉਹਨਾਂ ਨੇ ਬੜੀ ਮਿਹਨਤ ਕੀਤੀ, ਬੜਾ ਅਭਿਆਸ ਕੀਤਾ, ਅਤੇ ਦਾਸ ਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ। ਇਹ ਬਹੁਤ ਵੱਡੀ ਦੇਣ ਆ ਇਸ ਸੰਗਤ, ਵਿਕਟੋਰੀਆ ਦੀ ਸੰਗਤ ਦੀ। ਇਹ ਜਿਹੜੀ ਵਿਕਟੋਰੀਆ ਦੀ ਧਰਤੀ ਆ, ਬਹੁਤ ਚਿਰ ਤੋਂ ਸਿੱਖ ਵੱਸ ਰਿਹਾ ਇੱਥੇ। ਇੱਥੇ ਅਖਾੜੇ ਦਾ ਨਾਂ ਰੱਖਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ, ਜਿਸ 'ਤੇ ਬ੍ਰਾਂਚ ਦਾਨਵੀਂ ਟਕਸਾਲ ਸਰੀ BC ਟੋਰਾਂਟੋ ਦੇ ਵਿੱਚ ਵੀ ਹੈਗੇ ਨੇ। ਅਤੇ ਉਹੀ ਅਖਾੜਾ ਦਾਸ ਦੇ ਉਸਤਾਦ ਭਾਈ ਚਰਨਜੀਤ ਸਿੰਘ ਜੀ ਸੱਚਖੰਡ ਵਾਸੀ, ਉਹਨਾਂ ਨੇ ਦਾਸ ਨੂੰ ਸੇਵਾ ਦਿੱਤੀ ਸੀ ਕਿ ਵੱਧ ਤੋਂ ਵੱਧ ਇਸ ਅਖਾੜੇ ਦੀ ਸੇਵਾ ਕਰੀਏ। ਇੱਥੇ ਵਿਕਟੋਰੀਆ ਦੇ ਵਿੱਚ ਅਸੀਂ ਜਥਾ ਸੰਤ ਤੇਜਾ ਸਿੰਘ ਨਾਲ ਰੱਖਿਆ ਇਸ ਕਰਕੇ ਕਿਉਂਕਿ 100 ਸਾਲ ਪਹਿਲਾਂ ਇਸ ਧਰਤੀ 'ਤੇ ਜਦੋਂ ਪਹਿਲੀ ਵਾਰ ਖਾਲਸਾ ਦੀਵਾਨ ਸੋਸਾਇਟੀ ਦਾ ਗੁਰਦੁਆਰਾ ਖੁੱਲ੍ਹਿਆ, ਤਾਂ ਉਸ ਵੇਲੇ ਨਗਰ ਕੀਰਤਨ ਕੱਢਿਆ ਗਿਆ। ਅਤੇ ਵਿਕਟੋਰੀਆ ਦੇ ਅਖਬਾਰਾਂ ਦੇ ਅਨੁਸਾਰ ਪ੍ਰੋਫੈਸਰ ਸੰਤ ਤੇਜਾ ਸਿੰਘ ਜੀ WMA, ਜੋ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸੀ ਪੰਥ ਦੀ, ਉਹਨਾਂ ਨੇ ਅਗਵਾਈ ਕੀਤੀ ਘੋੜਸਵਾਰ ਕਰਦੇ, 3 ਫੁੱਟ ਦੀ ਤਲਵਾਰ ਲੈ ਕੇ ਕਿਰਪਾਨ, ਅਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਗਰ ਉਹ ਤੁਰਦੇ ਗਏ।
ਤੇ ਕੋਨੇ ਕੋਨੇ ਰੁਕ ਕੇ ਉਹਨਾਂ ਨੇ ਪ੍ਰਚਾਰ ਕੀਤਾ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ। ਤੇ ਉਸ ਵੇਲੇ ਉਹਨਾਂ ਨੇ ਅੰਗਰੇਜ਼ੀ ਵਿੱਚ ਨਿਡਰ ਹੋ ਕੇ ਸੰਗਤਾਂ ਨੂੰ ਇਹ ਬਚਨ ਬਲਾਸ ਕੀਤਾ ਕਿ ਇਹ ਜਿਹੜੀ ਸਾਡੀ ਤਲਵਾਰ ਪਾਈ ਆ ਕਿਰਪਾਨ ਜਿਹਨੂੰ ਅਸੀਂ ਕਹਿੰਦੇ ਹਾਂ, ਸ੍ਰੀ ਸਾਹਿਬ ਵੀ ਕਹਿ ਦਿੰਦੇ ਹਾਂ, ਇਹ ਜਿਹੜੀ ਗੁਰੂ ਮਹਾਰਾਜ ਦੀ ਦੇਣ ਆ, ਇਹ ਸਿਰਫ ਕੋਈ ਸਿੰਬਲ ਨਹੀਂ, ਜਿਹੜੀ ਅਸੀਂ ਸਮਝਦੇ ਹਾਂ ਸਿੰਬਲ ਆ, ਇਹ ਸਿਰਫ ਇੱਕ ਸਿੰਬਲ ਨਹੀਂ। ਕਹਿੰਦੇ ਜੇ ਕੋਈ ਜ਼ਾਲਮ ਦਾ ਅਣਭ ਹੰਕਾਰ ਤੋੜਨਾ ਹੋਵੇ ਇਹ ਸ਼ਸਤਰ ਵਰਤੇ ਜਾਂਦੇ ਨੇ। ਸੋ ਇਸ ਕਰਕੇ ਇਸ ਜਥਾ ਸਾਨੂੰ ਤੇਜਾ ਸਿੰਘ ਰੱਖਿਆ ਅਤੇ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਖੜਾ ਦਾ ਇੱਕ ਬ੍ਰਾਂਚ ਆ। ਅਤੇ ਮੈਂ ਸਾਰੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਰਿਆਂ ਨੇ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕੀਤੀ ਅਤੇ ਹੁਣ ਮਹਾਰਾਜ ਨੇ ਇਹੋ ਜਿਹਾ ਹੋਲੇ ਮਹੱਲੇ ਦੇ ਦਿਨ 'ਤੇ ਬਹੁਤ ਮਹਾਨ ਦੇਣਾ ਖਾਲਸੇ ਪੰਥ ਦਾ, ਜਿਸ ਵਿੱਚ ਪਹਿਲੀ ਵਾਰੀ ਨੌਜਵਾਨਾਂ ਨੇ ਗੱਤਕੇ ਦੇ ਜ਼ੋਰ ਦਿਖਾਉਣੇ ਆ ਅਤੇ ਸ਼ਾਇਦ ਪਹਿਲੀ ਵਾਰੀ ਆਈਲੈਂਡ 'ਤੇ ਇੱਕ ਅਖਾੜਾ ਸਜਾਇਆ ਗਿਆ। ਅਤੇ ਅਸੀਂ ਵੇਖਿਆ ਸੀ ਕਿ ਤੁਸੀਂ ਸਿਰਫ ਸ਼ਸਤਰ ਵਿੱਦਿਆ ਨਹੀਂ ਸਿਖਾਉਂਦੇ ਸੀ, ਉਸ ਤੋਂ ਪਹਿਲਾਂ ਤੁਸੀਂ ਪਾਠ, ਸਿਮਰਨ, ਇਹ ਸਭ ਵੀ ਬੱਚਿਆਂ ਨੂੰ ਸਿਖਾਉਂਦੇ ਸੀ, ਅਤੇ ਤੁਹਾਨੂੰ ਕੀ ਚੇਂਜ ਲੱਗਿਆ ਬੱਚਿਆਂ ਵਿੱਚ, ਕੀ ਉਹਨਾਂ ਨੇ ਐਕਸੈਪਟ ਫੋਰ ਦ ਗੱਤਕਾ, ਇਨ ਐਡੀਸ਼ਨ ਟੂ ਦੈਟ ਹੋਰ ਬੱਚਿਆਂ ਨੇ ਕੀ ਕੀ ਸਿੱਖਿਆ? ਬੱਚੇ ਜਿਹੜੇ ਆ ਭੈਣ ਜੀ, ਇਹ ਸਾਰੇ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਸੀ ਅਤੇ ਸ਼ਸਤਰ ਅਤੇ ਸ਼ਾਸਤਰ ਵੱਲ, ਜਿਵੇਂ ਗੁਰਬਾਣੀ ਨੂੰ ਅਸੀਂ ਸ਼ਾਸਤਰ ਜਿੱਦਾਂ ਕਹਿੰਦੇ ਹਾਂ, ਸ਼ਸਤਰ ਅਤੇ ਸ਼ਾਸਤਰ ਵੱਲ ਦੋਨਾਂ ਪਾਸੇ ਇਤਿਹਾਸ ਵੱਲ ਵੀ ਇਹਨਾਂ ਦਾ ਧਿਆਨ ਸੀ। ਸੋ ਇਹ ਸਿਰਫ ਮਹਾਰਾਜ ਨੇ ਇੱਕ ਬਹਾਨਾ ਦਿੱਤਾ, ਇਹ ਕੁਦਰਤੀ ਖੇਡ ਆ, ਜਿਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਕਿ ਇਹ ਹੁਣ ਸਮਾਂ ਆਉਣਾ ਸੀ ਅਤੇ ਇਹਨਾਂ ਦੇ ਮਨ ਦੇ ਸਾਰਿਆਂ ਦੇ ਵਿੱਚ ਚਾਹ ਸੀ। ਇੱਥੇ ਬਹੁਤ ਬਹੁਤ ਸਾਰੇ ਸੇਵਾਦਾਰ ਹੈਗੇ ਆ ਵਿਕਟੋਰੀਆ ਦੇ ਵਿੱਚ, ਬਹੁਤ ਸਾਰੀ ਵਿੱਦਿਆ ਉਹਨਾਂ ਨੇ ਪ੍ਰਾਪਤ ਕੀਤੀ ਆ, ਇਹਨਾਂ ਨੂੰ ਟ੍ਰੇਨ ਕਰਦੇ ਆ, ਸੰਥਿਆ ਵੀ ਪੜ੍ਹਾਈ ਆ, ਬ੍ਰਹਮ ਵਿੱਦਿਆ ਵੀ ਦਿੱਤੀ ਆ ਇਹਨਾਂ ਨੇ। ਦਾਸ ਨੂੰ ਵੀ ਮੌਕਾ ਮਿਲਿਆ, ਹੁਣ ਥੋੜ੍ਹਾ ਬਹੁਤਾ ਜਦੋਂ ਅਸੀਂ ਕਰਦੇ ਹਾਂ ਸ਼ਸਤਰ ਚਲਾਉਂਦੇ ਹਾਂ, ਨਾਲ ਜਿਹੜੇ ਸਾਡੇ ਮਨ ਦੇ ਸ਼ਸਤਰ ਆ, ਸੱਤ ਸੰਤੋਖ ਦਿਆ, ਧਰਮ ਧੀਰਜ, ਇਹਨਾਂ ਦੀ ਵੀ ਟ੍ਰੇਨਿੰਗ ਹੋਣੀ ਚਾਹੀਦੀ ਆ ਨਾਲ ਦੀ ਨਾਲ। ਸੋ ਬੱਚਿਆਂ ਦੇ ਵਿੱਚ ਮੈਂ ਚੇਂਜ ਤਾਂ ਨਹੀਂ ਕਹਿ ਸਕਦਾ ਕਿਉਂਕਿ ਇਹਨਾਂ ਦੇ ਵਿੱਚ ਸਿੱਖੀ ਆ, ਇਹਨਾਂ ਦੇ ਵਿੱਚ ਸਿੱਖੀ ਆ, ਉਹ ਆ ਪ੍ਰਗਟ ਹੋ ਰਹੀ ਆ ਸਾਹਮਣੇ, ਗੁਰੂ ਮਹਾਰਾਜ ਦੀ ਕਲਾ ਵਰਤ ਰਹੀ ਆ। ਸੋ ਅਗੇਨ ਮੈਂ ਸਾਰੀ ਸੰਗਤਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਸਹਿਯੋਗ ਦਿੱਤਾ, ਇੰਨੀ ਵਿੱਦਿਆ ਪ੍ਰਾਪਤ ਕੀਤੀ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਪਨੀਤ ਵੀਰ ਜੀ, ਅਤੇ ਨੌਰਥ ਅਮੈਰੀਕਾ ਦੀਆਂ ਸਾਰੀਆਂ ਸੰਗਤਾਂ ਵੱਲੋਂ ਤੁਹਾਨੂੰ ਮੈਂ ਧੰਨਵਾਦ ਦੇਣਾ ਚਾਹਵਾਂਗੀ ਅਤੇ ਕੰਗਰੈਚੁਲੇਟ ਕਰਨਾ ਚਾਹਵਾਂਗੀ ਇਸ ਉਪਰਾਲੇ ਵਾਸਤੇ, ਅਤੇ ਵਾਹਿਗੁਰੂ ਕਰੇ ਕਿ ਹੋਰ ਤੁਸੀਂ ਹੋਰ ਬਹੁਤ ਵੱਡੇ ਉਪਰਾਲੇ ਕਰਦੇ ਰਹੋ। ਹਰਸੀਰਤ ਕੌਰ, ਕਿਸ ਤਰ੍ਹਾਂ ਤੁਹਾਨੂੰ ਲੱਗਿਆ ਇਹ ਪੂਰੀ ਟ੍ਰੇਨਿੰਗ? ਡਿਡ ਯੂ ਲਾਈਕ ਇਟ, ਡਿਡ ਯੂ ਨਾਟ ਲਾਈਕ ਇਟ? ਵਾਟ ਡਿਡ ਯੂ ਲਰਨ? ਮੈਂ ਲਾਈਕ ਕਰਦੀ, and same as gurbani mein karna।